ਇਹਦੇ ਬੁੱਤ ਬਾਰੇ ਕਹਿਣ ਕਿ ਲੋਕ ਨਾ ਜਿਹੜੇ ਕਿ ਅਕਾਊਂਟ ਚ ਆਪਦੇ ਚ ਪੈਸੇ ਪਵਾ ਰਹੇ ਸੀ ਇਹ ਗੱਲ ਸੁਣਨ ਚ ਆਈ ਹੈ ਆ ਜਿਹਾ ਕਵਰ ਕੀਤਾ ਆ ਇੱਥੇ ਸੀਗਾ ਗੱਡੀ ਖੜੀ ਸੀ ਇੱਥੇ ਦੀ ਗੱਡੀ ਖੜੀ ਇੱਥੇ ਗੱਡੀ ਖੜੀ ਸੀ ਇਦਾਂ ਤੇ ਇੱਧਰਲੇ ਪਾਸੇ ਉਹ ਪਿਆ ਸੀ ਅਸੀਂ ਤੁਹਾਨੂੰ देखो सानू गोलियां दे निशान दिखाउणे आ देखो जिहड़ी कंध दे विच एडे एडे खोल करते किड्डे तगड़े हथियार होणगे जिहड़े वरते गए आ सिद्धू नूं मारन वास्ते। हाँ जी सत श्री अकाल श्रोतिओ, आपां अज पहुंचे जी पिंड जवार के जिथे कि सिद्धू मूसेवाल दा कतल होया सीगा। एक होर भी गल देखण च सामने आई है, उत्थे एक वीडियो देखी सी आपां कि कह रहे सीगे भी इत्थे इधर दिखा दे ते इस जगह ते कहिंदे वी सिद्धू मूसेवाल दा जिहड़ा कतल होया सीगा। देखो इहदी कोई ना कोई सेवा करन जरूर आउंदा गा, कोई आवे इत्थे निशानी ला के जांदा, मतलब कि आ देखो चारे इस तरह लगे हुए आगे निशान, इधर भी लग्या इधर भी लग्या तो उधर भी लग्या। इहदे बुत बारे कहण कि लोक ना जिहड़े कि अकाउंट च आपदे च पैसे पवा रहे सी इह गल सुणन च आई है। इस गल दा वी मतलब कि 420 ना वी उहनां दा कोई तालुका नहीं, कोई बुत नहीं बनाउणा इत्थे गल सुणन च आई है। असीं पिंड च आए सी स्पैशल, ਇਹ ਗੋਲੀਆਂ ਜਿੱਥੇ ਨਿਸ਼ਾਨ ਲੱਗੇ ਆ, ਜਿੱਥੇ ਗੋਲੀਆਂ ਨਿਸ਼ਾਨ ਦੇਖੋ ਕਿੰਨੇ ਦੂਰ ਦੂਰ ਤੱਕ ਲੱਗਿਆ, ਉਹ ਸਾਹਮਣੇ ਵੀ ਲੱਗਿਆ ਤੇ। ਪਰ ਕਹਿੰਦੇ ਜਿਹੜੀ ਗੱਲ ਸੀਗੀ ਇਹ ਫੇਕ ਸੀਗੀ, ਇੱਥੇ ਇਕੱਲੇ ਸਿੱਧੂ ਮੂਸੇਵਾਲੇ ਦਾ ਮਤਲਬ ਕਿ ਕਤਲ ਨਹੀਂ ਹੋਇਆ ਸੀ, ਪੰਜਾਬ ਦੀ ਜਵਾਨੀ ਦਾ, ਪੰਜਾਬ ਦੇ ਭਵਿੱਖ ਦਾ, ਪੰਜਾਬ ਦੀ ਆਵਾਜ਼ ਦਾ, ਪੰਜਾਬ ਦੀ ਕਲਮ ਦਾ ਕਤਲ ਹੋਇਆ ਸੀਗਾ। ਸਿੱਧੂ ਨੂੰ ਜਿਹੜੇ ਚਾਹੁਣ ਵਾਲੇ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮੇਰੇ ਵੀਰ ਭਰਾ ਬੈਠੇ ਆ, ਉਹਨਾਂ ਨੂੰ ਬੇਨਤੀ ਹੈ ਕਿ ਇਹੋ ਜਿਹੀਆਂ ਗੱਲਾਂ ਦੇ ਵਿੱਚ ਨਾ ਆਇਆ ਕਰੋ। ਅਤੇ ਆਪਾਂ ਵੀਡੀਓ ਦੇ ਦੇਖਦੇ ਹਾਂ, ਥੋੜ੍ਹੇ ਦਿਨ ਹੋ ਗਏ ਵਾਇਰਲ ਹੋ ਰਹੀ ਸੀਗੀ ਕਿ ਇਸ ਜਗ੍ਹਾ 'ਤੇ ਸਿੱਧੂ ਦਾ ਬੁੱਤ ਲਵਾਇਆ ਜਾਣਾ, ਅਤੇ ਇੱਥੇ ਆ ਕੇ ਪਿੰਡ 'ਚ ਅਸੀਂ ਪਤਾ ਕਰਿਆ ਇਸ ਗੱਲ ਦੇ ਵਿੱਚ ਕੋਈ ਇਸ ਗੱਲ ਕਹਿੰਦੇ ਬਿਲਕੁਲ ਝੂਠ ਹੈ ਬਾਈ, ਉਹਦਾ ਵੀਡੀਓ ਵਾਲੇ ਕਹਿੰਦੇ ਵੀ ਹੈ ਨਾ ਉਹ ਸਿੱਧੂ ਮੂਸੇਵਾਲੇ ਦਾ ਨਾਂ ਲੈ ਕੇ ਕਹਿੰਦੇ ਵੀ ਮਤਲਬ ਕਿ ਪੈਸੇ ਆਪਦੇ ਖਾਤਿਆਂ ਦੇ ਵਿੱਚ ਪਵਾ ਰਹੇ ਸੀਗੇ। ਇਹ ਗੱਲ ਬਹੁਤ ਗਲਤ ਹੈਗੀ। ਆ ਜੋ ਬਾਕੀ ਜਿਹੜੇ ਤੁਹਾਨੂੰ ਨਿਸ਼ਾਨ ਹੈ ਇਹ ਵੀ ਤੁਹਾਨੂੰ ਦਿਖਾਈ ਜਾਂਦੇ ਆ, ਇੱਥੇ ਬਹੁਤ ਦੂਰੋਂ ਦੂਰੋਂ ਆਉਂਦੇ ਹੈਗੇ ਦੇਖਣ ਇਹਨਾਂ ਗੱਲਾਂ ਨੂੰ। ਆ ਜੋ ਤੁਹਾਨੂੰ ਦਿਖਾਈ ਜਾਂਦੇ ਅੱਗੇ ਸਿੱਧੂ ਦੀਆਂ ਫੋਟੋਆਂ ਵੀ ਲੱਗੀਆਂ ਹੋਈਆਂ। ਸਿੱਧੂ ਦੇ ਚਾਹੁਣ ਵਾਲਿਆਂ ਨੂੰ ਜਿਹੜਾ ਘੱਟ ਹੈ ਕਿ ਉਹਦਾ ਉਹਨਾਂ ਦਾ ਨਹੀਂ ਪੂਰਾ ਹੋ ਸਕਦਾ, ਸਿੱਧੂ ਦੀ ਥਾਂ ਕੋਈ ਨਹੀਂ ਲੈ ਸਕਦਾ। ਪਰ ਜਿਹੜੀ ਗੱਲ ਹੈ ਵੀ ਹੈ ਨਾ ਐਵੇਂ ਲੋਕਾਂ ਨੂੰ ਗੁੰਮਰਾਹ ਕਰਕੇ ਪੈਸੇ ਪਾਉਣੇ ਆਪਣੇ ਖਾਤਿਆਂ 'ਚ ਆਪਦੇ ਨਿੱਜੀ ਕੰਮਾਂ ਵਾਸਤੇ ਕਿਸੇ ਨੂੰ ਬਦਨਾਮ ਕਰਕੇ ਪੈਸੇ ਕੱਟਣੇ। ਦੇਖੋ ਇੰਨੀ ਦੂਰ ਦੂਰ ਤੱਕ ਗੋਲੀਆਂ ਗਈਆਂ ਸੀ, ਤੁਹਾਨੂੰ ਦਿਖਾ ਦਿੰਦੇ ਹਾਂ ਜਿਹੜੇ ਪਹੁੰਚਣ ਵਾਲੇ ਆ। ਇਹ ਮਤਲਬ ਕਿ ਤੁਹਾਨੂੰ ਦਿਖਾ ਦਿੰਦੇ ਆਪਾਂ, ਆ ਜਾਓ ਅੱਗੇ ਨਿਸ਼ਾਨ ਵੀ। ਇਹ ਮੁਕੇਰੀਆਂ ਨੂੰ ਜਾਂਦਾ ਜੀ ਰੋਡ, ਇਹ ਜਿਹੜਾ ਰੋਡ ਆ ਇਹ ਜਵਾਰਕਿਆਂ ਤੋਂ। ਇਹ ਦੇਖੋ ਐਡੀ ਦੂਰ ਦੂਰ ਤੱਕ ਜਿਹੜੇ ਗੋਲੀਆਂ ਦੇ ਨਿਸ਼ਾਨ ਆਏ ਹੈਗੇ, ਦੇਖੋ ਲੋਹੇ ਦੀਆਂ ਐਂਗਲਾਂ ਉਵੇਂ ਉੱਪਰ ਨਿਸ਼ਾਨ ਮਾਰੇ, ਥੋੜ੍ਹੇ ਬਿਆਰ ਪਾਰ ਲੰਘ ਗਈਆਂ ਗੋਲੀਆਂ, ਕਿੰਨੀ ਦੂਰ ਤੋਂ ਗੋਲੀਆਂ ਚੱਲ ਕੇ ਦੇਖੋ ਆਈਆਂ ਸੀਗੀਆਂ। ਅਤੇ ਇਹ ਬਹੁਤ ਮਾੜੀ ਗੱਲ ਹੈਗੀ ਜਿਹੜੇ ਕਿ ਸਿੱਧੂ ਦੇ ਨਾਂ 'ਤੇ ਪੈਸੇ ਇਕੱਠੇ ਕਰਨ 'ਤੇ ਲੋਕ ਲੱਗੇ ਹੋਏ ਹੈਗੇ। ਦੇਖੋ ਕਿੰਨੀ ਦੂਰ ਦੂਰ ਤੱਕ ਨਿਸ਼ਾਨ ਆ ਗੋਲੀਆਂ ਦੇ, ਤੁਹਾਨੂੰ ਦਿਖਾ ਰਹੇ ਹਾਂ ਮਾਤਾ ਰਾਣੀ ਦੀ ਜਗ੍ਹਾ। ਜੇ ਕਿਸੇ ਮੇਰੇ ਵੀਰ ਭਰਾ ਨੇ ਆਉਣਾ ਵੀ ਹੈ ਨਾ ਅਤੇ ਜਵਾਰਕੇ ਪਿੰਡ। ਹੇ ਵੀਰੇ ਕਿਹੜੀ ਜਗ੍ਹਾ ਨੂੰ ਜਾਂਦਾ ਇਹ ਰੋਡ, ਮੁਕੇਰੀਆਂ ਨੂੰ ਇੱਧਰ? ਹਾਂ ਵੀਰੇ ਕਿਹੜੀ ਜਗ੍ਹਾ ਨੂੰ ਜਾਂਦਾ ਰੋਡ? ਬੁਲਾਡੇ ਨੂੰ ਜਾਂਦਾ ਜੀ। ਅਤੇ ਜੇ ਗੱਲ ਚੰਗੀ ਲੱਗੀ ਤਾਂ ਹੈ ਨਾ ਇਹੋ ਜਿਹੀਆਂ ਗੱਲਾਂ ਵਾ। ਦੇਖੋ ਇੱਧਰ ਵੀ ਉੱਪਰ ਮੰਦਰ ਆ ਜਿਹੜਾ, ਇਹਦੇ ਵੀ ਇੱਥੇ ਨਿਸ਼ਾਨ ਆ, ਦੇਖੋ ਗੋਲੀਆਂ ਦੇ ਪਏ ਹੋਣੇ ਜਿਵੇਂ। ਬਹੁਤ ਮਾੜੀ ਗੱਲ ਹੈਗੀ ਸੋ ਇਹ ਜਿਹੜੇ ਸਿੱਧੂ ਦੇ ਨਾਂ 'ਤੇ ਹੈ ਨਾ ਪੈਸੇ ਇਕੱਠੇ ਕਰਨ 'ਤੇ ਲੋਕ ਲੱਗੇ ਹੋਏ ਆ। ਇੱਥੇ ਜੀ ਬੁੱਤ ਲਾਉਣਾ ਹੈ ਨਾ ਬਾਹਰੋਂ, ਲੋਕ ਬਹੁਤ ਜ਼ਿਆਦਾ ਫੰਡ ਭੇਜਦੇ ਜਿਹੜੇ ਸਿੱਧੂ ਦੇ ਫੈਨ ਹੈ, ਪਰ ਬਹੁਤ ਜ਼ਿਆਦਾ ਗਲਤ ਗੱਲ ਹੈਗੀ। ਹਾਂ ਨਿਸ਼ਾਨ ਦਿਖਾਤੇ ਸਾਰੇ, ਦੇਖ ਲਓ ਫੋਟੋਆਂ ਦੇ ਵਿੱਚ ਵੀ, ਆਹ ਦੇਖੋ ਨਿਸ਼ਾਨ। ਇੱਕ ਗੱਡੀ ਉੱਧਰੋਂ ਪਿੱਛੇ ਤੋਂ ਆਉਣ ਲੱਗਦੀ ਹੈ, ਇੱਕ ਗੱਡੀ ਇੱਧਰੋਂ ਅੱਗੇ ਤੋਂ ਆਉਂਦੀ ਆ ਕੇ ਘੇਰ ਕੇ ਜਿਹੜਾ ਕਿ ਇਸ ਜਿਹੜਾ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ। ਸੋ ਇਹੋ ਜਿਹੀਆਂ ਗੱਲਾਂ ਦੇ ਵਿੱਚ ਨਾ ਆਇਆ ਕਿੰਨਾ ਮਹਿੰਗਾ ਸੀ ਯਾਰ। ਲੋਕ ਇਕੱਠੇ ਹੋ ਗਏ ਸੀਗੇ, ਟਾਈਮ ਲੱਗ ਗਿਆ, 15 ਮਿੰਟ ਲੱਗ ਗਏ ਸੀ।
ਇੱਥੇ ਉਸ ਟਾਈਮ ਸਿੱਧੂ ਦੀ ਮੌਤ ਹੋ ਗਈ ਸੀਗੀ। ਹਾਂਜੀ ਇੱਥੇ ਹੀ ਹੋ ਗਈ ਸੀਗੀ ਮੌਤ। ਜਦੋਂ ਕੱਢਿਆ ਗੱਡੀ 'ਚ ਉਦੋਂ ਥੋੜ੍ਹੇ ਸਾਹ ਹੈਗੇ ਸੀ, ਉਦੋਂ ਸਾਹ ਹੈਗੇ ਸੀਗੇ। ਕਿੰਨਾ ਟਾਈਮ ਇੱਥੇ ਪਿਆ ਰਿਹਾ ਹੋਊਗਾ ਉਸ ਤੋਂ ਬਾਅਦ? 10 ਕੁ ਮਿੰਟ ਪਿਆ ਰਿਹਾ। ਤੇ ਉਹ ਕਿੰਨਾ ਟਾਈਮ ਖੜੇ ਰਹੇ ਜਿਹੜੇ ਆਏ ਸਾਰੇ ਇੱਥੇ ਕਾਤਲ ਸੀਗੇ ਵੀਰੇ ਜਿਹੜੇ? ਉਹ ਕਿੰਨਾ ਕੁ ਟਾਈਮ ਖੜੇ ਰਹੇ ਅੱਗੇ ਇੱਥੇ ਗੋਲੀਆਂ ਵਾਲੀ? ਹਾਂ ਉਹ ਹੀ ਬਣਾਇਆ ਉਹਦਾ ਹੀ ਨਾ। 7 ਮਿੰਟ ਬਾਅਦ ਲੰਘ ਗਈ, 5-7 ਮਿੰਟ ਮਾਰ ਕੇ ਗੋਲੀਆਂ ਚਲਾਈਆਂ। ਆ ਵੀ ਆ ਕਵਰ ਕੀਤਾ ਆ, ਇੱਥੇ ਸੀਗਾ ਗੱਡੀ ਖੜੀ, ਇੱਥੇ ਦੀ ਗੱਡੀ ਖੜੀ, ਇੱਥੇ ਗੱਡੀ ਖੜੀ ਸੀ ਇਦਾਂ, ਤੇ ਇਧਰਲੇ ਪਾਸੇ ਉਹ ਪਿਆ ਸੀ ਅਸੀਂ ਤੁਹਾਨੂੰ।